ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਅੱਜ ਟਿਊਟੂ ਬਾਣੀਆਂ ਫਿਰ ਪਹੁੰਚੇ ਨੇ, ਢੋਲ ਲੈ ਕੇ ਪਹੁੰਚੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਟਿਊਟੂ ਬਾਣੀਆਂ ਵੱਲੋਂ ਜਿਹੜਾ ਕਿ ਢੋਲ ਵਾਲੇ ਲੈ ਕੇ ਪਹੁੰਚੇ ਹੋਏ ਨੇ ਔਰ ਬੋਲੀਆਂ ਪਾਈਆਂ ਜਾ ਰਹੀਆਂ ਨੇ। ਨੀਂਹ ਪੱਥਰ ਵੱਡੇ ਸਮਾਜ ਸੇਵੀਆਂ ਵੱਲੋਂ 3 ਨਵੰਬਰ ਨੂੰ ਬੁੱਢੇ ਨਾਲੇ ਨਾਲ ਮਿੱਟੀ ਨਾਲ ਬੰਦ ਕੀਤਾ ਜਾਵੇਗਾ। 3 ਨਵੰਬਰ ਨੂੰ ਟਿਊਟੂ ਬਾਣੀਆਂ ਵੱਲੋਂ ਨੀਂਹ ਪੱਥਰ ਔਰ ਡੀਸੀ ਦਫ਼ਤਰ ਪਹੁੰਚੇ ਨੇ ਮੰਗ ਪੱਤਰ ਦੇਣ ਲਈ। ਗੱਲਬਾਤ ਕਰਾਂਗੇ, ਟਿਊਟੂ ਬਾਣੀਆਂ ਪਹੁੰਚੇ ਨੇ, ਗੱਲਬਾਤ ਕਰਾਂਗੇ। ਬਣੀਆ ਸਾਹਿਬ ਅੱਜ ਡੀਸੀ ਦਫ਼ਤਰ ਢੋਲ ਲੈ ਕੇ ਪਹੁੰਚੇ। ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਵੱਡੇ ਵੱਡੇ ਨੀਂਹ ਪੱਥਰ ਲੀਡਰਾਂ ਨੇ ਲਾਏ ਆ, ਯਾਨੀ ਕਹਿੰਦੇ ਜੀ ਬੁੱਢਾ ਨਾਲ ਅਸੀਂ ਸਾਫ਼ ਕਰਾਂਗੇ, ਕਰਾਂ ਗਰਾਂਟਾਂ ਵੀ ਆਏ ਅਸੀਂ, ਪਤਾ ਨਹੀਂ ਕਿੱਥੇ ਗਈਆਂ ਕਿੱਥੇ ਨਹੀਂ ਗਈਆਂ। ਅੱਜ ਟੀਟੂ ਬਾਣੀਆਂ ਵੀ ਇੱਕ ਨੀਂਹ ਪੱਥਰ ਲਾ ਰਿਹਾ ਵਾ ਵੀ ਵੱਡੇ ਸਮਾਜ ਸੇਵੀ 3 ਤਰੀਕ ਨੂੰ ਬੁੱਢਾ ਨਾਲ ਮਿੱਟੀ ਨਾਲ ਬੰਦ ਕਰਨਗੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣਗੇ, ਕਰਾਂ ਕਿਉਂਕਿ ਹੁਣ ਆਹ ਮੈਂ ਨੀਂਹ ਪੱਥਰ ਤਾਂ ਲੈ ਕੇ ਆਇਆ ਮੈਂ ਡੀ ਸੀ ਸਾਹਿਬ ਨੂੰ ਜਗਾਉਣ ਆਇਆ ਵਾਂ। ਡੀ ਸੀ ਸਾਹਿਬ ਜਾਗੋ, ਅਸੀਂ 3 ਤਰੀਕ ਨੂੰ ਮਿੱਟੀ ਨਾਲ ਬੰਦ ਕਰਨਾ ਵਾ, ਜ਼ਿਆਦਾ ਪਰਚੇ ਪੁਰਚੇ ਬਾਅਦ ਲਾ ਕਰਕੇ ਸਾਨੂੰ ਹੁਣੇ ਹਵਾਲਾਤ 'ਚ ਬੰਦ ਕਰ ਦਿਓ, ਨਹੀਂ ਫਿਰ 3 ਤਰੀਕ ਨੂੰ ਵੱਡੇ ਸਮਾਜ ਸੇਵੀਆਂ ਨੇ ਐਲਾਨ ਕੀਤਾ ਹੋਇਆ ਵਾ। ਅਤੇ ਹੁਣ ਕਈ ਲੀਡਰ ਕਹਿ ਦਿੰਦੇ ਆ, ਕਈ ਆਮ ਲੋਕ ਵੀ ਕਹਿੰਦੇ ਵੀ ਲੀਡਰ ਦੇ ਜਿਹੜੇ ਸਮਾਜ ਸੇਵੀ ਆ ਅਤੇ ਉਹ ਲੀਡਰਾਂ ਵਾਂਗੂ ਹੀ ਆ ਵੀ ਗੱਲਾਂ ਕਰ ਜਾਂਦੇ ਆ ਜਿਹੜੇ ਸਮਾਜ ਸੇਵੀ ਆ। ਹੁਣ ਤਾਂ ਮੁੱਛ ਦਾ ਸਵਾਲ ਬਣਿਆ ਪਿਆ ਬਾਈ ਜੀ, ਜ਼ਿਆਦਾ ਮੁੱਛਾਂ ਬਣਵਾ ਲਓ ਜਾਂ ਫਿਰ 3 ਤਰੀਕ ਨੂੰ ਬੁੱਢਾ ਨਾਲ ਬੰਦ ਕਰ ਦਿਓ ਕਰਾਂ। ਅਤੇ ਮੈਂ ਤਾਂ ਸਮਾਜ ਸੇਵੀਆਂ ਨੂੰ ਜਗਾਉਣ ਆਇਆ ਵਾਂ ਵੀ ਸਮਾਜ, ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਲੋਕ ਕਹਿੰਦੇ ਆ ਬਈ ਵੱਡੇ ਸਮਾਜ ਸੇਵੀ ਜਿਹੜੇ ਹੈਗੇ ਆ ਉਹ ਵੀ ਲੀਡਰਾਂ ਵਾਂਗੂ ਆ, ਕੰਮ ਨਹੀਂ ਕਰਦੇ, ਕਿਰਾ ਮੱਖ ਦੇ ਮੁੱਦੇ ਵਿੱਚ ਪੈਰ ਫਸਾਉਂਦੇ ਨੇ, ਉਹਨੂੰ ਠੰਡਾ ਕਰਕੇ ਭੱਜ ਜਾਂਦੇ ਆ। ਅੱਜ ਮੈਂ ਸਮਾਜ ਸੇਵੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਆਪਾਂ 3 ਤਰੀਕ ਦਾ ਐਲਾਨ ਕੀਤਾ ਹੋਇਆ ਵਾ, ਭੁੱਲਣਾ ਚਾਹੇ ਕਰਾਂ, ਵਾਰ ਵਾਰ ਤਰੀਕਾਂ ਨਹੀਂ ਦੇਣੀਆਂ, 20 ਸਾਲ ਹੋ ਗਏ ਸਾਨੂੰ ਤਰੀਕਾਂ ਦਿੰਦੇ ਨੂੰ ਕਰਾਂ। ਹੁਣ ਪੰਜਾਬ ਯਾਨੀ ਕਹਿਣ ਦਾ ਭਾਵ ਪੂਰਾ ਫਸਦਾ ਜਾ ਰਿਹਾ ਵਾ ਪੰਜਾਬ, ਪੰਜਾਬ ਦੇ ਵਿੱਚ ਬਿਮਾਰੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਕਿਰਾਂ, ਅਤੇ ਬੁੱਢੇ ਨਾਲੇ ਦੇ ਪੈਸਾ ਆਉਂਦਾ ਵਾ ਪਤਾ ਨਹੀਂ ਕਿੱਥੇ ਜਾਂਦਾ। ਅਸੀਂ ਸਰਕਾਰਾਂ ਨੂੰ ਬੇਨਤੀ ਕਰਨੀ ਆ ਵੀ 3 ਤਰੀਕ ਤੱਕ ਕਰ ਲਓ ਕੰਮ, ਨਹੀਂ ਫਿਰ ਇੱਦਾਂ ਹੀ ਢੋਲ ਵੱਜੂਗਾ ਕਿਰਾਂ। ਓ ਬੱਲੇ ਬੱਲੇ ਲੁਧਿਆਣੇ ਦਾ ਵਿਕਾਸ ਕੋਈ ਨਾ, ਬੱਲੇ ਬੱਲੇ ਲੁਧਿਆਣੇ ਦਾ ਵਿਕਾਸ ਕੋਈ ਨਾ, ਬੁੱਢੇ ਨਾਲ ਚ ਗੋਡੇ ਗੋਡੇ ਕਾਰਾ ਵਿਕਾਸ ਕੋਈ ਨਾ। ਬਿਲਕੁਲ ਬੋਲੀਆਂ ਭਾਈ ਜਾਨੇ ਟਿਡੂ ਬਣੀ, ਕੀ ਇਹ ਹੱਲ ਆ ਕੀ ਇਹ ਬੁੱਢੇ ਨਾਲੇ ਦਾ ਸਾਫ਼ ਕਰਨ ਦਾ, ਤੁਹਾਨੂੰ ਕੀ ਲੱਗਦਾ ਇਹ ਢੋਲ ਲੈ ਕੇ ਪਹੁੰਚੋ ਡੀਸੀ ਦਫ਼ਤਰ, ਨੀਂਹ ਪੱਥਰ ਤੁਸੀਂ ਗੱਲ ਕਰੋ, 3 ਤਰੀਕ ਤੁਸੀਂ ਕਿਹਾ ਕਿ ਅਸੀਂ ਮਿੱਟੀ ਨਾਲ ਬੰਦ ਕੀਤਾ ਜਾਊਗਾ। ਹਾਂਜੀ ਆਹੀ ਹੱਲ ਆ, ਹੋਰ ਕੀ ਸਾਡੇ ਕੋਲ ਹੱਲੇ ਰਹਿ ਗਏ, ਦੱਸੋ ਕਰਾਂ ਅਸੀਂ ਬਥੇਰਾ ਕੁ ਕਰ ਲਿਆ ਕਰਾਂ। ਪ੍ਰਸ਼ਾਸਨ ਨੂੰ ਪਤਾ ਨਹੀਂ ਆ ਵੀ ਲੋਕ ਕੈਂਸਰ ਨਾਲ ਮਰ ਰਹੇ ਆ, ਹਸਪਤਾਲਾਂ ਵਿੱਚ ਜਾਓ ਕਿੰਨੇ ਭਰੇ ਪਏ ਆ ਕਰਾਂ, ਹੈ ਆਹ ਤਾਂ ਬਿਸਲੇਰੀ ਦਾ ਪਾਣੀ ਪੀਂਦੇ ਆ ਕਰਾਂ। ਹੁਣ ਲੀਡਰ ਵੀ ਹੈਗੇ ਆ, ਇਹਨਾਂ ਨੂੰ ਸਾਰੇ ਵੱਡੇ ਵੱਡੇ ਲੀਡਰ ਹੈਗੇ ਆ, ਬਿਆਨ ਦੇ ਜਾਂਦੇ ਆ ਬੁੱਢਾ ਨਾਲ ਸਾਫ਼ ਕਰੋਗੇ, ਕਦੋਂ ਕਰਾਂਗੇ ਕਰਾਂ। ਉੱਥੇ ਬਿਸਲੇਰੀ ਦਾ ਪਾਣੀ ਪੀ ਜਾਂਦੇ ਚੰਡੀਗੜ੍ਹ, ਕੋਈ ਮੰਗ ਪੱਤਰ ਦੇਈ ਜਾਂਦਾ ਵਾ, ਬਥੇਰੇ ਮੰਗ ਪੱਤਰ ਦੇ ਲਏ, ਅਸੀਂ ਕਿੰਨੇ ਕੁ ਦਿੱਤੇ ਆ। ਅੱਜ ਵੀ ਡੀ ਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣਾ ਵਾ, ਮੰਗ ਪੱਤਰ ਦੇਣਾ ਤਾਂ। ਅੱਛਾ ਲੱਡੂ ਨਾ ਲੈ ਕੇ, ਲੱਡੂ ਕਿਹਨੇ ਖਵਾਉਣੇ? ਲੱਡੂਆਂ ਜਦੋਂ ਕੋਈ ਖੁਸ਼ੀ ਦਾ ਕੰਮ ਕਰਨਾ ਹੁੰਦਾ ਵਧੀਆ ਗਾ, ਖੁਸ਼ੀ ਵਾਲਾ ਕੰਮ ਹੀ ਆ, ਕੈਂਸਰ ਨੂੰ ਹਟਾਉਣਾ ਵਾ ਲੱਡੂਆ, ਦੇਖੋ ਲੱਡੂਆ ਆ ਖਾਓ ਆ ਬਾਂਡੇ ਯਾਰ, ਤੂੰ ਡਰਦਾ ਕਦੋਂ ਆ, ਪਰਚਾ ਪੁਰਚਾ ਡੀ ਸੀ ਸਾਹਿਬ ਨਹੀਂ ਕਰਦਾ ਕੋਈ ਗੱਲ ਕਰਾ। ਹਲੋ ਹਲੋ ਆ ਬਾਈ ਲਓ, ਹਲੋ ਟਿਊਟੂ ਬਾਣੀਆਂ ਵੱਲ ਲੱਡੂ ਵੰਡੇ ਜਾ ਰਹੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਟਿਊਟੂ ਬਾਣੀਆਂ ਵੱਲੋਂ ਲੱਡੂ ਵੰਡੇ ਜਾ ਰਹੇ ਨੇ। ਹੋਰ ਗੱਲਬਾਤ ਵੀ ਕਰਾਂਗੇ ਟਿਊਟੂ ਬਾਣੀਆਂ ਨਾਲ ਵੀ ਜਿਹੜੇ ਟਿਊਟੂ ਬਾਣੀਆਂ ਵੱਲੋਂ ਬਾਣੀਆਂ ਜੀ, ਲੰਬੇ ਸਮੇਂ ਤੋਂ ਤੁਸੀਂ ਵੀ ਬੁੱਢੇ ਨਾਲ ਲੈ ਕੇ ਤੁਸੀਂ ਵੀ ਲਗਾਤਾਰ ਤੁਸੀਂ ਧਰਨੇ ਪ੍ਰਦਰਸ਼ਨ ਕਰ ਰਹੇ ਹੋ, ਕੀ ਲੱਗਦਾ ਕਿ ਹੱਲ ਕਿਉਂ ਨਹੀਂ ਹੋ ਰਿਹਾ, ਕਿੱਥੇ ਪੇਜ ਕਿੱਥੇ ਫਸਿਆ ਹੋਇਆ, ਕਿਉਂਕਿ ਕੈਂਸਰ ਦੀ ਬਿਮਾਰੀ, ਲੋਕ ਪਰੇਸ਼ਾਨ, ਉੱਧਰ ਸਰਕਾਰਾਂ ਵੀ ਜਿਹੜੀ ਕੰਮ ਕਰ ਰਹੀਆਂ ਨੇ ਬੁੱਢੇ ਨਾਲ ਸਾਫ਼ ਕਰਨ ਲਈ? ਅਸਲ ਵਿੱਚ ਜੀ ਪੇਜ ਇੱਥੇ ਫਸਿਆ ਹੋਇਆ ਵਾ, ਜਿਹੜੇ ਇਹਨਾਂ ਵਿੱਚ ਗੰਦ ਪਾਉਂਦੇ ਆ ਉਹਨਾਂ ਕੋਲ ਵੋਟਾਂ ਨੇ, ਉਹਨਾਂ ਫੈਕਟਰੀਆਂ ਦੇ ਵਿੱਚ ਜਿਹੜੇ ਬੰਦੇ ਕੰਮ ਕਰਦੇ ਆ ਉਹਨਾਂ ਦੀ ਵੋਟਾਂ ਬਣਾਈਆਂ ਹੋਈਆਂ ਨੇ, ਬਸ ਵੋਟਾਂ ਦੀ ਸਿਆਸਤ ਚੱਲਦੀ ਪਈ ਆ, ਅਤੇ ਜਾਂ ਫਿਰ ਪੈਸੇ ਦੀ ਤਾਕਤ ਚੱਲਦੀ ਪਈ ਆ, ਜਿਹੜੇ ਲੀਡਰ ਹੈਗੇ ਆ ਉਹ ਇਹਨਾਂ ਤੋਂ ਪੈਸੇ ਪੂਸੇ ਲੈ ਜਾਂਦੇ ਆ, ਚੋਣਾਂ ਵਿੱਚ ਫੰਡਿੰਗ ਫੁੰਡਿੰਗ ਲੈ ਜਾਂਦੇ ਆ ਅਤੇ ਅੱਖਾਂ ਮੀਚ ਲੈਂਦੇ ਆ। ਲੇਕਿਨ ਹੁਣ ਅੱਖਾਂ ਭਾਈ ਮੈਂ ਇੱਕ ਤੁਹਾਨੂੰ ਵਾਅਦਾ ਕਰਦਾ ਵਾਂ ਵੀ ਹਰੇਕ ਘਰ 2 ਬੰਦੇ ਕੈਂਸਰ ਦੇ ਹੋਣਗੇ, ਕਿਰਾਂ ਜਿੰਨੀ ਮਰਜ਼ੀ ਤੁਸੀਂ ਕਮਾਈ ਕਰ ਲਓ ਉਹ ਪੈਸਾ ਕੈਂਸਰ ਦੀ ਬਿਮਾਰੀ ਵਿੱਚ ਚਲੇ ਜਾਣਾ ਵਾ। ਅੱਜ ਵੀ ਆਪਣੇ ਨਾਲ ਵਾਲੇ ਗਵਾਂਢ ਦੇਖ ਲਓ, ਕੈਂਸਰ ਦੀ ਬਿਮਾਰੀ ਆ, ਨਾਲ ਗਵਾਂਢ ਦੇਖ ਲਓ ਕੈਂਸਰ ਦੀ ਬਿਮਾਰੀ ਆ, ਕੈਂਸਰ ਦੀ ਬਿਮਾਰੀਆਂ ਭਿਆਨਕ ਹੁੰਦੀਆਂ ਜਾ ਰਹੀਆਂ ਨੇ। ਅਤੇ ਯਾਨੀ ਕਹਿਣ ਦਾ ਭਾਵ ਵੀ ਤਾਂ ਅਸੀਂ ਅਸੀਂ ਅੱਜ ਪੱਕਾ ਲਾ ਕੇ ਜਾ ਰਹੇ ਹਾਂ ਵੀ ਡੀ ਸੀ ਸਾਹਿਬ ਵੀ ਜਾਗਦੇ ਰਹਿਣ ਅਤੇ ਸਮਾਜ ਸੇਵੀ ਵੀ ਜਾਗਦੇ ਰਹਿਣ। ਕਿਰਾਂ ਬਾਣੀ ਬਾਣੀ ਸਾਹਿਬ, ਲਗਾਤਾਰ ਜਿਹੜੇ ਨੀਂਹ ਪੱਥਰ ਰੱਖੇ ਜਾਂਦੇ ਨੇ, ਕਰੋੜਾਂ ਰੁਪਈਆ ਉਹਦੇ ਵਿੱਚ ਲਾਟ ਹੁੰਦਾ, ਕੀ ਤੁਹਾਨੂੰ ਕੀ ਲੱਗਦਾ ਕਿ ਉਹ ਪੈਸਾ ਕਿੱਥੇ ਜਾਂਦਾ? ਜੇ ਸਰਕਾਰਾਂ ਦੇ ਨੁਮਾਇੰਦੇ ਨਾਲ ਗੱਲ ਕਰੀਏ ਉਹ ਕਹਿੰਦੇ ਅਸੀਂ ਕੰਮ ਕਰ ਰਹੇ ਹਾਂ ਜਿਹੜੇ ਪੈਸੇ ਆਏ ਆ, ਪਰ ਦੂਜੇ ਪਾਸੇ ਸਮਾਜ ਸੇਵੀ ਕਹਿੰਦੇ ਆ ਜਾਂ ਹੋਰ ਲੋਕ ਕਹਿੰਦੇ ਵੀ ਪੈਸਾ ਵੀ ਖੁਰਦ ਬੁਰਦ ਕੀਤਾ ਜਾਂਦਾ, ਵੀ ਨਹੀਂ ਲੱਗ ਰਿਹਾ, ਸਹੀ ਜਗ੍ਹਾ 'ਤੇ ਨਹੀਂ ਲੱਗ ਰਿਹਾ। ਅਸਲ ਵਿੱਚ ਜੀ ਜਿਹੜਾ ਬੁੱਢਾ ਨਾਲਾ ਕਬੀਰ ਦਾ ਖਜ਼ਾਨਾ ਬਣਿਆ ਹੋਇਆ ਇਹ ਆਪਣੇ ਆਹ ਅਧਿਕਾਰੀਆਂ ਵਾਸਤੇ ਵੀ, ਲੀਡਰਾਂ ਵਾਸਤੇ ਵੀ, ਉੱਥੋਂ ਪੈਸਾ ਆਉਂਦਾ ਵਾ। ਹੁਣ ਜਿਹੜਾ ਕਬੀਰ ਦਾ ਖਜ਼ਾਨਾ ਬਣਿਆ ਹੋਵੇ ਉਹਨੂੰ ਕੌਣ ਕਿਵੇਂ ਬੰਦ ਕਰਾਂਗੇ? ਕਿਰਾਂ
जितों ए पैसे आए हूँ हल किमें बंद करा बड़ा औखा काम आवे जी जितों पैसे बनते उन्होंने बंद करना करा जी बिल्कुल टीटू बाणी अज डीसी दफ्तर पहुंचे यार ढोल लैके पहुंचे ने तस्वीर तुम देख सकते लगातार टीटू बाणिया वालों ढोल जेडे कि इतने पहुंचे ने डीसी मंग पत्र दिता जाऊगा और नींह पत्थर जोड़ा व्डे समाज सेवियों वालों 3 नवंबर में बुढ़े नाले नाल मिट्टी नाल बंद किया जाए किया जाऊगा टीटू बाणिया वालों जोड़ा कि हर बार जोड़ा कि धरना प्रदर्शन किया जा रहा बुढ़े नाले लैके टीटू बाणी वालों लगातार धरना प्रदर्शन किया जा रहा कि बुढ़ा नाला जल्द साफ हो पर दूजे पास सरकार ने भी सरकार का कहना कि असी भी बुढ़े नालों साफ करने का यतन कर रहे हैं हूँ देखना होगा बुढ़ा नाला लंबे समय तो लुधियाने का एक मुद्दा बनाया हुआ है कितों हल होगा आने वाला समा दसेगा लुधियाना तो लखविंदर सिंह दैनिक सवेरा टीवी। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।